ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਦੋਸਤੋ, ਤੁਹਾਡੇ ਸਾਰਿਆਂ ਦੇ ਦਿਮਾਗ 'ਚ ਇੱਕੋ ਸਵਾਲ ਚੱਲ ਰਿਹਾ ਕਿ ਤੁਹਾਡੇ ਪੇਪਰ ਹਲੇ ਤੱਕ ਪੋਸਟਪੋਨ ਨਹੀਂ ਹੋਏ ਤੇ ਹੁਣ ਕੀ ਤੁਹਾਡੇ ਪੇਪਰ 3 April ਨੂੰ ਜਿਹੜੇ ਹੋਣੇ ਆ, ਜਿਹੜੀ ਤੁਹਾਡੀ ਡੇਟ ਸ਼ੀਟ ਹੈ ਉਹੀ ਹੋਣਗੇ, ਉਹੀ ਫੋਲੋ ਹੋਏਗੀ। ਦੋਸਤੋ ਦੇਖੋ, ਜਿੰਨੀ ਇਨਫੋਰਮੇਸ਼ਨ ਮੈਨੂੰ ਮਿਲੀ ਹੈ, ਤੁਹਾਡੇ ਜਿਹੜੇ ਪੇਪਰ ਹੈ ਉਹ ਵੀ 14 ਤੋਂ ਬਾਅਦ ਹੀ ਹੋਣਗੇ। 14 ਕੀ, ਮੈਨੂੰ ਜਿੰਨਾ ਲੱਗ ਰਿਹਾ ਤੁਹਾਡੇ ਵੀ ਪੇਪਰ ਜਿਹੜੇ ਆ ਮਈ ਦੇ ਮਹੀਨੇ 'ਚ ਹੀ ਹੋਣੇ ਆ, ਕਿਉਂਕਿ ਜੇ ਤੁਸੀਂ ਦੇਖੋ ਤੇ ਜਿਹੜੇ JEE ਦੇ ਪੇਪਰ ਹੈ, NEET ਦੇ ਪੇਪਰ ਹੈ ਤੇ ਹੋਰ ਵੀ ਸਾਰੇ ਜਿਹੜੇ ਪੇਪਰ ਹੈ ਉਹ ਮਈ 'ਚ ਪੋਸਟਪੋਨ ਹੋ ਰਹੇ, ਮਈ ਤੱਕ ਜਾ ਰਹੇ ਹੈ। ਤੇ ਜਿਹੜੇ ਹਾਲਾਤ ਹੈ ਉਹਨਾਂ ਨੂੰ ਦੇਖਦੇ ਮੱਦੇਨਜ਼ਰ ਰੱਖਦੇ ਹੋਏ ਵੀ ਸਾਨੂੰ ਵੀ ਆਈ ਲੱਗ ਰਿਹਾ ਕਿ ਜਿਹੜੇ ਮਈ ਦਾ ਮਹੀਨਾ ਹੈ ਤੁਹਾਡੇ ਪੇਪਰ ਮਈ ਦੇ ਮਹੀਨੇ 'ਚ ਹੀ ਹੋਣਗੇ ਜੇ ਹੋਏ ਤਾਂ। ਦੋਸਤੋ ਹੁਣ ਤੁਹਾਨੂੰ ਮੈਂ ਇੱਕ ਐਡਵਾਈਸ ਦੇ ਰਿਹਾ, ਤੁਸੀਂ ਕੀ ਕਰਨਾ ਹੈ, ਤੁਸੀਂ ਰੋਜ਼ ਜਿਹੜਾ ਹੈ ਆਪਣੇ 2 ਤੋਂ 3 ਘੰਟੇ ਪੜ੍ਹਾਈ ਕਰਨੀ ਹੈ, ਠੀਕ ਹੈ। ਤੁਸੀਂ ਇਹ ਨਾ ਸੋਚੋ ਤੁਹਾਡੇ ਪੇਪਰ ਜਿਹੜੇ ਕੈਂਸਲ ਹੋ ਜਾਣਗੇ, ਮੇ ਵੀ ਹੋ ਜਾਣ ਨਾ ਵੀ ਹੋਣ, ਅਸੀਂ ਕੁਝ ਇਸ ਬਾਰੇ ਨਹੀਂ ਕਹਿ ਸਕਦੇ। ਹਾਂ, ਜਿਹੜੇ ਤੁਹਾਡੇ 14 ਤੋਂ ਬਾਅਦ ਪੋਸਟਪੋਨ ਹੋਣੇ ਪੇਪਰ, ਉਸ ਗੱਲ ਦੀ ਜਿਹੜੀ ਤੁਹਾਡੀ PSEB ਦੀ ਜਿਹੜੀ ਵੈਬਸਾਈਟ ਹੈ ਉੱਤੇ 1-2 ਦਿਨਾਂ ਤੱਕ ਅਪਲੋਡ ਹੋ ਜਾਏਗਾ, ਠੀਕ ਹੈ। ਲੇਕਿਨ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਸਮਝਾਉਣੀ ਚਾਹੁੰਦਾ ਕਿ ਤੁਸੀਂ ਇੱਕਦਮ ਪੜ੍ਹਾਈ ਨੂੰ ਛੱਡੋ ਨਾ, ਰੋਜ਼ ਦੇ 3 ਘੰਟੇ, ਘੱਟ ਤੋਂ ਘੱਟ 3 ਘੰਟੇ ਆਪਣੀ ਪੜ੍ਹਾਈ ਕਰ ਲਓ, ਜਦ ਤੱਕ ਤੁਹਾਡਾ ਪੱਕਾ ਨੋਟਿਸ ਨਹੀਂ ਆਉਂਦਾ ਕਿ ਹਾਂ ਵੀ ਤੁਹਾਡੇ ਪੇਪਰ ਕੈਂਸਲ ਹੋ ਗਏ ਨੇ ਜਾਂ ਤੁਹਾਡੇ ਜਿਹੜੇ ਪੇਪਰ ਉਹ ਮਈ ਤੱਕ ਜਾ ਚੁੱਕੇ ਆ। ਹਲੇ 2-3 ਘੰਟੇ ਪੜ੍ਹ ਲਓ ਰੋਜ਼ ਦਾ ਤੇ ਆਪਣਾ ਇੱਕ ਸ਼ਡਿਊਲ ਬਣਾ ਲਓ, ਜਿਹੜੇ ਸਬਜੈਕਟ 'ਚ ਤੁਹਾਨੂੰ ਲੱਗਦਾ ਤੁਸੀਂ ਸਭ ਤੋਂ ਜ਼ਿਆਦਾ ਵੀਕ ਹੋ ਉਸ ਸਬਜੈਕਟ ਨੂੰ 1.5 ਘੰਟਾ ਦੇਤਾ ਤੇ ਬਾਕੀ ਸਬਜੈਕਟਾਂ ਨੂੰ ਘੱਟ ਟਾਈਮ ਦੇਤਾ, ਕਿਉਂਕਿ ਯਾਰ 10ਵੀਂ 12ਵੀਂ ਦੇ ਬੱਚੇ ਹੁੰਦੇ ਜਿਹੜੇ 8ਵੀਂ 5ਵੀਂ ਵਾਲੇ, ਉਹਨਾਂ ਨੇ ਕਾਫੀ ਵਾਰ ਸਬਜੈਕਟ ਪੜ੍ਹੇ ਹੁੰਦੇ ਆ, ਹੈਨਾ। ਤੇ ਹੁਣ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਤੁਸੀਂ ਕਿਹੜੇ ਸਬਜੈਕਟ ਨੂੰ ਕਿੰਨਾ ਟਾਈਮ ਦੇਣਾ ਹੈ। ਇੱਕ ਹੋਰ ਗੱਲ ਮੈਂ ਕਹਾਂਗਾ ਕਿ ਜਿਹੜੀ ਵੈਬਸਾਈਟ ਤੇ ਹਲੇ ਤੱਕ ਅਪਲੋਡ ਨਹੀਂ ਹੋਇਆ ਉਹ 1-2 ਦਿਨਾਂ ਦੇ ਅੰਦਰ ਤੁਹਾਡੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਵੀ ਅਪਲੋਡ ਹੋ ਜਾਏਗਾ ਕਿ ਹਾਂ ਵੀ ਤੁਹਾਡੇ ਪੇਪਰ 14 ਤੋਂ ਬਾਅਦ ਤੱਕ ਪੋਸਟਪੋਨ ਕੀਤੇ ਗਏ ਹੈ ਤੇ ਜਿਹੜੀ ਨਵੀਂ ਡੇਟ ਸ਼ੀਟ ਹੈ ਉਹ ਤੁਹਾਡੇ ਨਾਲ ਜਲਦ ਸਾਂਝੀ ਕੀਤੀ ਜਾਏਗੀ। ਜਿਹੜਾ ਮੈਨੂੰ ਅਨੁਮਾਨ ਲੱਗ ਰਿਹਾ ਤੁਹਾਡੇ ਜਿਹੜੇ ਪੇਪਰ ਹੈ ਉਹ ਵੀ 15 ਮਈ ਤੋਂ ਬਾਅਦ ਹੀ ਹੋਣਗੇ, ਕਿਉਂਕਿ ਹਲੇ ਤੱਕ JEE ਮੇਨਸ ਤੇ NEET ਵਾਲਿਆਂ ਨੇ ਵੀ ਲਾਸਟ ਵੀਕ ਆਫ ਮਈ ਤੱਕ ਪੋਸਟਪੋਨ ਕਰਤੇ ਆਪਣੇ ਪੇਪਰ। ਤੇ ਜਿਹੜੇ ਹਾਲ ਚੱਲ ਰਹੇ ਹੋ ਤੁਸੀਂ ਵੀ ਇੰਨੇ ਜਾਣਦੇ ਹੋ ਕਿਹੋ ਜਿਹੇ ਹਾਲ ਚੱਲ ਰਿਹਾ, ਹੈ ਨਾ। ਤੇ ਕੋਈ ਨਾ ਦੋਸਤੋ, ਆਪਾਂ ਵੇਟ ਕਰਦੇ ਆ ਜਦ ਤੱਕ PSEB ਦੀ ਜਿਹੜੀ ਵੈਬਸਾਈਟ ਹੈ ਉੱਤੇ ਅਪਲੋਡ ਨਹੀਂ ਹੁੰਦਾ, ਮੇਰੇ ਹਿਸਾਬ ਨਾਲ 2 ਦਿਨਾਂ ਦੇ ਅੰਦਰ ਅਪਲੋਡ ਹੋ ਜਾਣਾ ਚਾਹੀਦਾ ਹੈ। ਸੋ ਦੋਸਤੋ, ਇਸ ਵੀਡੀਓ ਨੂੰ ਜਿੰਨਾ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਕਰਦੇ ਹੋ, ਉਹਨਾਂ ਨੂੰ ਵੀ ਦੱਸ ਦਿਓ। ਮੇਰੇ ਅਕੋਰਡਿੰਗ ਜਿੰਨਾ ਮੈਂ ਦੱਸ ਰਿਹਾ ਤੁਹਾਡੇ ਪੇਪਰ ਪੋਸਟਪੋਨ ਹੋ ਚੁੱਕੇ ਨੇ, ਬਸ ਵੈਬਸਾਈਟ ਤੇ ਅਪਲੋਡ ਹੋਣ ਵਾਲੀ ਨਿਊਜ਼ ਆਉਣ ਦੀ ਦੇਰੀ ਹੈ ਤੁਹਾਨੂੰ, ਠੀਕ ਹੈ ਜੀ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿੰਨਾ ਜ਼ਿਆਦਾ ਜ਼ਿਆਦਾ ਹੋ ਸਕੇ ਵੀਡੀਓ ਨੂੰ ਸ਼ੇਅਰ ਕਰ ਦਿਓ। ਸਤਿ ਸ਼੍ਰੀ ਅਕਾਲ ਜੀ।